इस बौद्धिक हमले के नाल नाल क्योंकि साडे ककार ते दस्तार दा मसला है असी सिख कौम दे जिहड़े 19 जनवंबर 1984 च होए जिहड़ा नसलकुशी जिसनु असी कह सकते हैं सिखां दा एक साजिशी विधि नाल कीता गया कतलेआम उसकी गल जरूर सांझी करांगे क्योंकि अक्सर हुण पंजाब दे विच जदों असी राजनीतिक पिड़ नूं वेखदे हां तां दो विचारधारा इस मुद्दे नूं लैके उठदियां ने एक ओह विचारधारा है जिहड़ी कहिंदी कि 1984 दे इन्हां मसलियां नूं बीते समें दी गल जाण के भुल जाणा चाहीदा एक और राजनीतिक धिर है जिहड़ी हर समय इलैक्शन दे समय इस मुद्दे नूं कैश करदी है कि एक खास पार्टी दे कहण दे उपर इह जिहड़ा कतलेआम होया गया भावें कि इह सारिआं नूं पता है कि जिहड़ियां राजनीतिक सियासी धिरां दे उपर असीं आस लगाई बैठे हां उह दोवें ही दोषी ने ते मैं सिख स्टूडेंट फैडरेशन दे प्रधान सरदार परमजीत सिंह गाजी नूं पुछदा है कि 1984 नवंबर दे कतलेआम दे बारे एक सिख दा गुरमत जिहड़ा नजरिया है जिहड़ा उहदा राजनीतिक लाभां जां लालचां तों उपर उठ के जिहड़ा है उह किवें दा है। वाहिगुरू जी का खालसा, वाहिगुरू जी की फतेह। जितों तक सिख नसलकुशी का मसला उहदे बारे दे विच कुछ एक गल्लां सानूं बिल्कुल साफ ने कि किसी भी कौम नूं खत्म करन दे वास्ते जिहड़ा एक अमल चलदा उहदा मतलब शरीरक घाण करना उहदा एक हिस्सा हुंदा कि किसी भी कोई भी जिहड़ी कौम है हमेशा किसी विचारधारा तों जां किसी भी लोकां दा जिहड़ा समूह है उह किसी विचारधारा तों जन्म लैंदा। सो उहदे वास्ते सब तों मुढ़ली गल इह मन्नी जांदी है कि उस विचारधारा दे उपर हमला जिहड़ा उह शुरू कीता जांदा उसे दी सिखर जिहड़ी है उह उस कौम दे लोकां नूं शरीरक रूप दे विच मारन दे विच जाके निबड़दी है। ਆਪਾਂ ਇਤਿਹਾਸ ਦੇ ਵਿੱਚ ਵੀ ਦੇਖਦੇ ਹਾਂ ਕਿ ਸਿੱਖ ਕੌਮ ਨੂੰ ਕਿੰਨੇ ਭਾਰੀ ਹਮਲਿਆਂ ਦਾ ਸਰੀਰਕ ਤਸ਼ੱਦਦ ਦਾ ਜਿਹੜਾ ਸਾਹਮਣਾ ਆ ਉਹ ਕਰਨਾ ਪਿਆ ਪਰ ਉਹਦੇ ਨਾਲ ਬਰਾਬਰ ਦੇ ਉੱਪਰ ਸ਼ੁਰੂ ਤੋਂ ਹੀ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਨਾਲ ਦੀ ਨਾਲ ਇੱਕ ਵਿਚਾਰਧਾਰਾ ਜਿਹੜੀ ਆ ਉਹ ਸਾਨੂੰ ਨਿਗਲਣ ਦੇ ਵਾਸਤੇ ਔਰ ਲਗਾਤਾਰ ਗੁਰੂ ਸਾਹਿਬ ਦੇ ਬਾਰੇ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਬਣਾ ਕੇ ਪੇਸ਼ ਕਰ ਰਹੀਆਂ ਕਿ ਗੁਰੂ ਸਾਹਿਬ ਦਾ ਜਨਮ ਹਿੰਦੂ ਪਰਿਵਾਰ ਦੇ ਵਿੱਚ ਹੋਇਆ ਸੀ ਇਹ ਗੱਲ ਮੰਨਣ ਤੋਂ ਇਨਕਾਰੀ ਹੋਣਾ ਕਿ ਗੁਰੂ ਸਾਹਿਬ ਨੇ ਕੋਈ ਨਿਰਾਲਾ ਪੰਥ ਜਿਹੜਾ ਆ ਹਾਲਾਂਕਿ ਆਪਾਂ ਨੂੰ ਇਤਿਹਾਸ ਦੇ ਵਿੱਚੋਂ ਇਸ ਗੱਲ ਦੇ ਹਵਾਲੇ ਮਿਲਦੇ ਆ ਕਿ ਗੁਰੂ ਸਾਹਿਬ ਨੇ ਜਿਹੜਾ ਪੰਥ ਸਾਜਿਆ ਉਹ ਨਿਰਾਲਾ ਆ ਉਹ ਤੀਸਰ ਪੰਥ ਸਪਸ਼ਟ ਰੂਪ ਦੇ ਵਿੱਚ ਗੱਲ ਕੀਤੀ ਗਈ ਹੈ ਪਰ ਉਹ ਸਾਰੀਆਂ ਗੱਲਾਂ ਨੂੰ ਉੱਧਰ ਨੂੰ ਲੈ ਕੇ ਆਉਣਾ ਸੋ 1984 ਦੇ ਸੰਬੰਧ ਦੇ ਵਿੱਚ ਇੱਕ ਗੱਲ ਪੂਰੀ ਹੈ ਕਿ ਉਹ ਸਮਾਂ ਜਦੋਂ ਸੰਤ ਜਰਨੈਲ ਸਿੰਘ ਹੋਣੀ ਪੰਥ ਦੇ ਸਿਆਸੀ ਮੰਚ ਦੇ ਉੱਪਰ ਨੇ ਜਿਸ ਸਮੇਂ ਨੌਜਵਾਨਾਂ ਦੇ ਵਿੱਚ ਭਾਈ ਅਮਰੀਕ ਸਿੰਘ ਹੋਣੀ ਸਾਰੀ ਪੰਥ ਦੀ ਗੱਲ ਨੂੰ ਲੈ ਕੇ ਜਾ ਰਹੇ ਹੈ ਕਿ ਸਿੱਖਾਂ ਦੀ ਕੌਮੀ ਚੇਤਨਾ ਦਾ ਮੋੜ ਉਭਾਰ ਹੋ ਰਿਹਾ ਰਾਜ ਬਿਨਾਂ ਨਾ ਧਰਮ ਚੱਲੇ ਦੀ ਗੱਲ ਵੀ ਬਿਲਕੁਲ ਸਪਸ਼ਟ ਹੈ ਕਿ ਉਹੀ ਵਿਚਾਰਧਾਰਾਵਾਂ ਦੁਨੀਆਂ ਦੇ ਉੱਪਰ ਸੰਸਾਰ ਦੇ ਉੱਪਰ ਫੈਲੀਆਂ ਨੇ ਭਾਵੇਂ ਉਹ ਕਿੰਨੀਆਂ ਵੀ ਚੰਗੀਆਂ ਹੋਣ ਜਿਨ੍ਹਾਂ ਦੇ ਕੋਲ ਆਪਣਾ ਰਾਜ ਰਿਹਾ ਕਿ ਤੁਹਾਡੇ ਕੋਲ ਗੱਲ ਕਰਨ ਦੇ ਲਈ ਘੱਟੋ ਘੱਟ ਆਪਣੇ ਸੱਚ ਨੂੰ ਦੁਨੀਆਂ ਦੇ ਸਾਹਮਣੇ ਰੱਖਣ ਦੇ ਲਈ ਮੰਚ ਹੈ ਨਹੀਂ ਤਾਂ ਬੁੱਧਿਜ਼ਮ ਕਿਸ ਤਰ੍ਹਾਂ ਇੱਥੋਂ ਖਤਮ ਹੋਇਆ ਜੈਨ ਮਤ ਦਾ ਅੱਜ ਕੀ ਹਾਲ ਹੈ ਉਹ ਸਾਰਾ ਆਪਣੇ ਸਾਹਮਣੇ ਹੈ ਤੇ ਗੁਰੂ ਸਾਹਿਬ ਨੇ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਜਦੋਂ ਖਾਲਸੇ ਨੂੰ ਸ਼ਸਤਰਧਾਰੀ ਕੀਤਾ ਤੇ ਸ਼ਸਤਰਨ ਕੇ ਅਧੀਨ ਹੈ ਰਾਜ ਦੀ ਗੱਲ ਕੀਤੀ ਹੈ ਉੱਥੇ ਬਿਲਕੁਲ ਸਿੱਧੀ ਗੱਲ ਹੈ ਕਿ ਗੱਲ ਜਿਹੜੀ ਹੈ ਚਾਹੇ ਉਹ ਸਾਡੀ ਧਾਰਮਿਕ ਸਮਾਜਿਕ ਵਿਚਾਰਧਾਰਾ ਦੀ ਵੀ ਹੋਵੇ ਉਹ ਸਾਡੀ ਸਿਆਸੀ ਵਿਚਾਰਧਾਰਾ ਦੇ ਨਾਲ ਜੁੜੀ ਹੋਈ ਹੈ ਰਾਜ ਕਰੇਗਾ ਖਾਲਸਾ ਦਾ ਜਿਹੜਾ ਸੰਕਲਪ ਹੈ ਜਾਂ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਦੀ ਅਸੀਂ ਗੱਲ ਕਰਦੇ ਹਾਂ ਸੋ ਉਸ ਦੌਰ ਦੇ ਦੌਰਾਨ ਜਦੋਂ ਸਾਡੀ ਚੇਤਨਤਾ ਇੱਕ ਖਾਸ ਮਹਾਨ ਵੱਲ ਨੂੰ ਇੱਕ ਉਚਾਈ ਵੱਲ ਨੂੰ ਵੱਧ ਰਹੀ ਹੈ ਉਸ ਸਮੇਂ ਦੇ ਦੌਰਾਨ ਇੱਕ ਸਰੀਰਕ ਹਮਲਾ ਹੋਇਆ ਔਰ ਉਹਦਾ ਅਗਲਾ ਪੱਖ ਜਿਹੜਾ ਆ ਉਹ ਅੱਜ ਸਾਡੇ ਸਾਹਮਣੇ ਕਿ ਹਰਜੋਤ ਉਬਰਾਏ ਜਾਂ ਹੋਰ ਕਿੰਨੇ ਇਸ ਤਰ੍ਹਾਂ ਦੇ ਨੇ ਮੈਕਲੂਡ ਆ ਕਿ ਜਿਹੜੇ ਸਾਡੇ ਸਿਧਾਂਤ ਦੇ ਉੱਪਰ ਸੱਟ ਮਾਰ ਰਿਹਾ ਇੰਟਰਨੈਸ਼ਨਲ ਲੈਵਲ ਦੇ ਉੱਪਰ ਤੁਸੀਂ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੀ ਖੋਜ ਹੋ ਰਹੀ ਆ ਉਹ ਸਾਰੀ ਪੜ੍ਹ ਕੇ ਦੇਖੋ ਜਿੱਥੇ ਹਰ ਉਹ ਚਿੰਨ ਜਿਹੜਾ ਸਿੱਖਾਂ ਦੀ ਨਿਆਰੀ ਹਸਤੀ ਨੂੰ ਕਾਇਮ ਕਰਦਾ ਚਾਹੇ ਉਹ ਗੁਰੂ ਨਾਨਕ ਸਾਹਿਬ ਦਾ ਨਾਂ ਹੋਵੇ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਹੋਵੇ ਚਾਹੇ ਉਹ ਸਿੱਖ ਇਤਿਹਾਸ ਹੋਵੇ ਚਾਹੇ ਸਾਡੇ ਕੰਕਾਰ ਹੋਣ ਸਾਡਾ ਸਰੂਪ ਹੋਵੇ ਓਬਰਾਏ ਇੱਥੋਂ ਤੱਕ ਕਹਿੰਦਾ ਕਿ ਸਿੱਖ ਲਫ਼ਜ਼ ਜਿਹੜਾ ਆ ਇਹ ਬੇਮਤਲਬ ਆ ਇਹਦਾ ਕੋਈ ਮਤਲਬ ਨਹੀਂ ਹੈ ਔਰ ਸਿੱਖਾਂ ਦੇ ਵਾਸਤੇ ਗੁਰੂ ਦੀ ਜਿਹੜੀ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਗੁਰੂ ਹੈ ਕੀ ਹੈ ਸਿੱਖਾਂ ਦੇ ਵਿੱਚ ਇਸ ਗੱਲ ਦਾ ਭੰਬਲ ਭੂਸਾ ਔਰ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਇੰਟਰਨੈਸ਼ਨਲ ਮੰਚ ਦੇ ਉੱਪਰ ਆਈਆਂ ਹੋਈਆਂ ਨੇ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਦੀਆਂ ਜਿਹੜੀਆਂ ਕਿਤਾਬਾਂ ਨੇ ਉਹ ਛਪੀਆਂ ਹੋਈਆਂ ਨੇ ਸੋ ਸਰੀਰਕ ਹਮਲੇ ਤੋਂ ਬਾਅਦ ਦੁਬਾਰਾ ਫਿਰ ਉਹੀ ਦੌਰ ਜਿਹੜਾ ਆ ਨਸਲਕੁਸ਼ੀ ਦਾ ਜਿਹਨੂੰ ਆਪਾਂ ਸੱਭਿਆਚਾਰਕ ਨਸਲਕੁਸ਼ੀ ਕਹਿ ਦਿੰਦੇ ਹਾਂ ਜਿਹਦੇ ਵਿੱਚ ਹਰ ਉਸ ਚੀਜ਼ ਦੇ ਉੱਪਰ ਹਰ ਉਸ ਸੰਕੇਤ ਦੇ ਉੱਪਰ ਹਮਲਾ ਕੀਤਾ ਜਾਂਦਾ ਕਿ ਜਿਸ ਸੰਕੇਤ ਤੋਂ ਕਿਸੇ ਵੀ ਕੌਮ ਨੂੰ ਰੂਹਾਨੀ ਜਾਂ ਸਮਾਜਿਕ ਜਾਂ ਸਿਆਸੀ ਤੌਰ ਦੇ ਉੱਪਰ ਤਾਕਤ ਮਿਲਦੀ ਹੋਵੇ ਸੋ ਸਾਡੇ ਸਮਝਣ ਵਾਲੀ ਇੱਥੇ ਗੱਲ ਇਹੀ ਹੈ
कि जो विचारधारा है पंथ की उस विचारधारावां दे टकराव दे विचों ये जिहड़ा शरीरक नसलकुशी दा अमला है निकल के सामने आया। धन्यवाद परमजीत सिंह जी। वेखो जिस तरह परमजीत सिंह जी ने गल की है बौद्धिक और शरीरक कतलेआम की, इस तरह पहला जिस तरह वीरजी बलविंदर सिंह बोपर राय होना ने गल की सी कि सानू उस मनुवादी समाज की सोच नू समझना पवेगा। जिस तरह चाणक्या ने लिखा ना जिस कौम नू खत्म करना है तो पहला उहदा शरीरक कतलेआम। वह कहिंदा कि धनिक शत्रु राजा नदी वैद अस्त पंचम पंचम यत्र न विदत है तत्र देव सवसेतम। जिस कौम नू खत्म करना उतको धनिक उद्योग राजा इंसाफ नदी पानी शत्रु फौज परती ते डाक्टरी सहूलत यह खोह लिया जाण। यह साढ़े को पिछले समय च वापरिया जिहड़े संत जरनैल सिंह तो पहला दे समय दी वीर जी ने गल की है। उस तो बाद हुंदा मानसिक कतलेआम जिन्हों चाणक्या ने लिखा कि उस कौम नू फिर मानसिक तौर पर किवें खत्म किया जाए। मानसिक तौर पर खत्म कर लई कहिंदा कहिंदा मात शत्रु पिता वैरी यैन बालिक ना पठित ना सोभत है सभा मदत है हंस मदत है पको जथा। उस कौम के प्रचारकों नू अपने धर्म के प्रति चेतनता वाले तो खत्म कर दो। प्रचारकों के जो कौम के प्रचारक वर्ग के कौम के सिद्धांत की गल करने वाले लोगों के धर्म की चेतनता खत्म होगी तो उस कौम का विनाश अपने आप ही शुरू हो जाता है। सो इतने मैं भी जी गुरदीप सिंह गोशिया होना इतना रलता मिलता सवाल करूंगा कि दिल्ली के सिखां की नसलकुशी तो बाद जिहड़ी कौम के इस तरह की मानसिक कतलेआम की जिहड़ी प्रक्रिया शुरू हुई है वह इसनूं किस रूप च वेखते हैं।